ਦੇਖੋ ਮੇਰੀ ਗੱਲ ਸੁਣੋ, ਉਹਦੇ 'ਚ ਵੀ ਬਾਦ ਸਾਹਿਬ ਜ਼ਿੰਮੇਵਾਰ ਨੇ। ਉਹ ਤਿਆਰ ਹੋ ਗਏ ਸੀ ਹਰਿਆਣੇ ਵਾਲੇ ਕਿ ਸਾਡੀ ਬਜਟ ਜਿਹੜੀ ਕਮੇਟੀ ਹੈ ਬਜਟ ਲਈ, ਉਹ ਸਾਡੇ ਇਲੈਕਟਡ ਮੈਂਬਰ ਹੋ ਜਾਣਗੇ ਜਿੰਨੇ ਕਿਸੇ ਗਰੁੱਪ ਵੱਲੋਂ ਹੋਣ, ਅਤੇ ਪ੍ਰਧਾਨ ਉਹਦਾ SGP ਦਾ ਪ੍ਰਧਾਨ ਹੀ ਰਹੂਗਾ। ਲੇਕਿਨ ਪੰਜਾਬ ਜਿਹੜੇ ਹਰਿਆਣੇ ਦਾ ਬਜਟ ਹੈ ਉਹ ਅਸੀਂ ਬਣਾਵਾਂਗੇ, ਅਸੀਂ ਖਰਚਾਂਗੇ। ਔਰ ਬਾਦ ਸਾਹਿਬ ਮੰਨ ਵੀ ਗਏ, ਕਹਿੰਦੇ ਠੀਕ ਹੈ। ਜਦੋਂ ਅਸੀਂ ਗਏ ਉਹਨਾਂ ਲੈ ਕੇ ਅਤੇ ਉਦੋਂ ਮੁਕਰ ਕੇ ਕਹਿੰਦੇ ਨਹੀਂ ਜੀ। ਅਤੇ ਕਿਸੇ ਵੀ ਟਰੱਸਟ 'ਚ ਉਹਨਾਂ ਨੇ ਲਿਆ ਬੰਦਾ, ਕਿਸੇ ਟਰੱਸਟ ਦਾ ਪੰਜਾਬ ਦਾ ਇੱਕੋ ਹੀ ਬੰਦਾ ਉਹਨਾਂ ਨੂੰ ਨਜ਼ਰ ਆ ਰਿਹਾ, ਉਹ ਹੈਗਾ ਬਿਰਕ, ਉਹਨਾਂ ਦਾ ਰਿਸ਼ਤੇਦਾਰ। ਹੋਰ ਕੋਈ ਉਹਨਾਂ ਨੂੰ ਹਰਿਆਣੇ 'ਚ ਨਜ਼ਰ ਹੀ ਨਹੀਂ ਸਿੱਖ ਆ ਰਿਹਾ। ਇਸ ਕਰਕੇ ਉਹਨਾਂ ਨੇ ਦੁਖੀ ਹੋ ਕੇ, ਔਰ ਅੱਜ ਕਿਉਂ ਸਿੱਖ ਨਹੀਂ ਕੋਈ ਬੋਲ ਰਿਹਾ ਜੀ ਹਰਿਆਣੇ ਦਾ, ਹਰਿਆਣੇ ਦਾ ਸਿੱਖ ਕੋਈ ਬੋਲਿਆ ਹੁਣ ਤੱਕ ਕਿ ਇਹ ਗਲਤ ਹੋਇਆ?